ਇਹ ਹੈਗੇ ਨੇ ਯੁੱਗ ਸਤਯੁਗ ਤ੍ਰੇਤਾ ਦੁਆਪਰ ਕਲਯੁਗ। ਸਤਯੁਗ ਵਿੱਚ ਸੱਚ ਦੀ ਯੁੱਗ ਰੁੱਤ ਸੀ। ਸਤਯੁਗ ਸਤ ਤ੍ਰੇਤਾ ਯੁੱਗੀ, ਤ੍ਰੇਤੇ ਵਿੱਚ ਯੱਗ ਦੀ ਰੁੱਤ ਸੀ, ਦੁਆਪਰ ਵਿੱਚ ਪੂਜਾ ਸੀ। ਕਲ ਕੇਵਲ ਨਾਮ ਆਧਾਰ, ਕਲਯੁਗ ਦੇ ਵਿੱਚ ਕੇਵਲ ਨਾਮ ਹੀ, ਬਾਕੀ ਜਿੰਨੇ ਬੰਦਾ ਪੁੰਨ ਦਾਨ ਤੀਰਥ ਕਰਦਾ ਇਹਨੂੰ ਮਾਣ ਆ ਜਾਂਦਾ, ਹੰਕਾਰ ਆ ਜਾਂਦਾ। ਉਹ ਫਿਰ ਪੱਲੇ ਨਹੀਂ ਰਹਿੰਦੀ, ਮਨ ਵਿੱਚ ਗੁਮਾਨ ਧਰ ਲੈਂਦਾ ਹੈ ਕਿ ਮੈਂ ਇੰਨਾ ਦਿੱਤਾ ਗੁਰੂ ਘਰ, ਆਹ ਕੰਮ ਮੈਂ ਕੀਤਾ ਸੀ, ਗੁਰਦੁਆਰਾ ਮੈਂ ਬਣਾਇਆ ਸੀ, ਜ਼ਮੀਨ ਮੈਂ ਦਿੱਤੀ ਸੀ, ਮੈਂ ਇੱਥੇ ਬੜੇ ਕੰਮ ਕੀਤੇ, ਬੜੀਆਂ ਬਿਲਡਿੰਗਾਂ ਬਣਾਈਆਂ। ਜਦੋਂ ਕਹਿੰਦੇ ਅਹੰਕਾਰ ਆ ਗਿਆ ਫਿਰ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਜਿਵੇਂ ਕਿਸੇ ਪਦਾਰਥ ਦੇ ਵਿੱਚ ਗੰਦਾ ਪੈ ਜਾਏ, ਪਦਾਰਥ ਯੋਗ ਨਹੀਂ ਰਹਿੰਦਾ ਖਾਣ ਦੇ, ਇਹ ਭਾਈ ਫਿਰ ਗੰਦਾ ਪੈ ਜਾਂਦਾ। ਨਾਮ ਹੀ ਬੇੜਾ ਪਾਰ ਕਰਦਾ। ਨਾਮ ਜਪਣਾ ਨਾ ਭੁੱਲੋ, ਅੱਗੇ ਕਾਲ ਸਭ ਜਗ ਦੇ ਉੱਪਰ ਪਰਮੇਸ਼ਰ ਨੇ ਰੱਖਿਆ ਹੈ ਕਿ ਦੁਨੀਆਂ ਡਰੇ, ਮੈਂ ਮਰਨਾ, ਪਰ ਦੁਨੀਆਂ ਡਰਦੀ ਨਹੀਂ। ਹੁਣ ਜਦੋਂ ਕਾਲ ਨੂੰ ਤੋ ਰਿਹਾ ਹੈ ਕਿ ਚੱਕ ਪਿੰਡਾਂ ਦੇ ਪਿੰਡ ਖਾਲੀ ਕਰ, ਅਜੇ ਵੀ ਸਰਕਾਰ ਦਾ ਬਹੁਤ ਵੱਡਾ ਕੰਮ ਹੈ। ਹੁੰਦੀ ਤਾਂ ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਕਿਰਪਾ ਹੈ ਇਸ ਧਰਤੀ ਦੀ, ਜਿਹੜੇ ਹੋਏ ਆ, ਪਰ ਸਰਕਾਰ ਨੇ ਇਸ ਬਿਮਾਰੀ ਨੂੰ ਰੋਕ ਲਿਆ। ਨਹੀਂ ਤਾਂ ਪਿੰਡ ਵਿੱਚ ਇੱਕ ਬੰਦਾ ਆਉਣਾ ਸੀ ਤੇ ਸਾਰੀ ਤੁਰੇ ਜਾਣੇ ਸੀ, ਲੱਖਾਂ ਦੀ ਗਿਣਤੀ ਹੋ ਜਾਣੀ ਸੀ। ਬਿਮਾਰੀ ਇਹ ਨਾ ਰੁਕਣ ਵਾਲੀ, ਹੁਣ ਸਾਨੂੰ ਡਰ ਲੱਗਿਆ, ਹੁਣ ਕਲਯੁਗ ਸਿਰ ਤੇ ਚੜਿਆ, ਹੁਣ ਅਸੀਂ ਬਹੁਤ ਡਰ ਗਏ। ਕਲਯੁਗ ਨੂੰ ਵੇਖ ਕੇ, ਕਾਲ ਨੂੰ ਵੇਖ ਕੇ ਅਸੀਂ ਭੈ ਭੀਤ ਹੋ ਗਏ, ਤੇ ਹੁਣ ਭਾਈ ਫਿਰ ਗੁਰੂ ਨੂੰ ਚੇਤੇ ਕਰ। ਜੇ ਇੰਨਾ ਡਰੇ, ਇੰਨਾ ਭੈਆ, ਤੇ ਬਾਹਰ ਅੰਦਰ ਨਾ ਕਿਤੇ ਵੀ ਜਾਓ, ਅੰਦਰੇ ਹੀ ਸਾਰੇ ਬੈਠ ਕੇ ਆਪਣਾ ਨਾਮ ਜਪੋ, ਨਾ ਆਪਣੇ ਘਰ ਰਿਸ਼ਤੇਦਾਰ ਬੁਲਾਓ, ਨਾ ਆਪ ਕਿਸੇ ਦੇ ਘਰ ਜਾਓ। ਜੇ ਸਹੀ ਮਹਿਣਿਆਂ ਵਿੱਚ ਆਪਾਂ ਆਪਣਾ ਬਚਾਅ ਕਰਨਾ, ਜੇ ਕੋਈ ਮਿਲਦਾ ਹੈ ਉੱਥੇ ਵੀ ਸੰਕੋਚ ਰੱਖੋ,